ਦੇਖੋ ਇਹ ਸਾਰਾ ਬਾਕੂ ਸ਼ਹਿਰ ਹੈ, ਉਹਨੇ ਵੀ ਸਾਹਮਣੇ ਫਲੇਮਿੰਗ ਟਾਵਰ ਦੇਖ ਲਓ ਬਈ। ਕੈਂਸਲ ਯੂਅਰ ਫਲਾਈਟ, ਲੈਟਸ ਗੋ ਟੂ ਇੰਡੀਆ ਵਿਦ ਯੂਰਪ ਵਾਂਗੂ ਵੀ ਰੈਸਟੋਰੈਂਟ ਉਰੇ ਬਾਹਰ ਨਹੀਂ ਬਈ। ਕਿੱਲ ਆ ਗਈ ਆਪਣੀ ਜਿਹੜੀ ਔਰਤਾਂ ਨੂੰ ਉਰੇ ਕਾਫੀ ਆਜ਼ਾਦੀ ਹੈ ਬਈ। ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ। ਆਪਾਂ ਜਾ ਰਹੇ ਹਾਂ ਸਮੁੰਦਰ ਦੇ ਕਿਨਾਰੇ, ਆਪਣੇ ਨਾਲ ਹੈ ਸਨੇਜਨਾ ਰਸ਼ੀਆ ਤੋਂ, ਤਾਂ ਇਹਦੀ ਅੱਜ ਫਲਾਈਟ ਹੈ। ਰਾਤ ਨੂੰ ਮੈਨੂੰ ਮਿਲੀ, ਗੱਲਾਂ ਬਾਤਾਂ ਕੀਤੀਆਂ ਸੀ 2-3 ਘੰਟੇ। ਯੂ ਆਰ ਹੇਅਰ ਫਰੋਮ ਲਾਸਟ 10 ਡੇਜ਼? 10 ਦਿਨ ਹੋ ਗਏ ਇਹਨੂੰ ਉਰੇ ਘੁੰਮਦੀ ਨੂੰ, ਬਹੁਤ ਘੁੰਮੀ ਹੋਈ ਹੈ, 27 ਦੇਸ਼ ਹੀ ਘੁੰਮ ਚੁੱਕੀ ਹੈ। ਤਾਂ ਥੋੜ੍ਹਾ ਜਿਹਾ ਅਸੀਂ ਚੱਲੇ ਹਾਂ ਘੁੰਮਣ, ਇਹਨੇ ਵੀ ਸਮਾਨ ਜਿਹਾ ਖਰੀਦਣਾ। ਬਾਕੀ ਆਹ ਸਾਰਾ ਬਾਕੂ ਸਿਟੀ ਹੈ ਬਈ, ਬਹੁਤ ਜ਼ਿਆਦਾ ਰੌਣਕ ਹੈ ਅੱਜ, ਬੱਦਲ ਵਾਈ ਜੀ ਕਾਫੀ ਜੀ। ਤਾਂ ਇਹ USSR ਦਾ ਸ਼ਹਿਰ ਸੀ ਪਹਿਲਾਂ, ਜਦੋਂ ਰਸ਼ੀਆ ਦਾ ਰਾਜ ਸੀ ਤਾਂ USSR ਨੇ ਇਹ ਸ਼ਹਿਰ 'ਤੇ ਵੀ ਬਹੁਤ ਜ਼ਿਆਦਾ ਪੈਸੇ ਇਨਵੈਸਟ ਕੀਤੇ ਸੀ। ਤਾਂ ਇਹਨਾਂ ਦੀਆਂ ਇਮਾਰਤਾਂ ਦੇਖੋ ਬਈ ਕਿੰਨੀਆਂ ਘੈਂਟ ਨੇ, ਉਹ ਮੈਨੂੰ ਲੱਗਦਾ ਰਸ਼ੀਆ ਦੀ ਅੰਬੈਸੀ ਦੇ ਸਾਹਮਣੇ ਝੰਡਾ ਲੱਗਿਆ। ਤਾਂ ਜਿਹੜਾ ਬਿਲਡਿੰਗਾਂ ਦਾ ਆਰਕੀਟੈਕਚਰ ਹੈ ਨਾ, ਉਹ ਯੂਰਪੀਅਨ ਅਤੇ ਪਰਸ਼ੀਅਨ ਮਿਕਸ ਹੈ। ਤਾਂ ਜਿਹੜਾ ਇਹ ਆਰਕੀਟੈਕਚਰ ਹੈ ਵੀ ਸਾਰਾ ਫਰਾਂਸ ਵਾਲਾ ਹੈ। ਆਹ ਫਰਾਂਸ ਘੁੰਮੀ ਹੋਈ, ਸਾਰਾ ਯੂਰਪ ਘੁੰਮੀ ਹੋਈ ਹੈ ਲਗਭਗ ਸਨੀਜ ਨੂੰ, ਇਹ ਦੱਸ ਰਹੀ ਹੈ ਮੈਨੂੰ। ਬਾਕੀ ਗਲੀ ਗਲੀ ਦੀ ਭੇਤਣ ਹੋਈ ਫਿਰਦੀ ਹੈ, ਇਹਨਾਂ ਦਾ 10 ਦਿਨ ਹੋ ਗਏ। ਯੂਰਪ ਵਾਂਗੂ ਵੀ ਰੈਸਟੋਰੈਂਟ ਉਰੇ ਬਾਹਰ ਨਹੀਂ, ਲੋਕ ਬਾਹਰ ਬਹਿ ਕੇ ਖਾਣਾ ਪਸੰਦ ਕਰਦੇ ਆ, ਅਤੇ ਰੈਸਟੋਰੈਂਟਾਂ 'ਚ ਵਾਈਨ ਅਤੇ ਕੌਫੀ ਇਕੱਠੀ ਸਰਵ ਕੀਤੀ ਜਾਂਦੀ ਹੈ। ਤਾਂ ਇੱਕੋ ਟੇਬਲ 'ਤੇ ਦੋਨੇ ਚੀਜ਼ਾਂ ਪੀਂਦੇ ਆ, ਜਿਵੇਂ ਆਪਣੇ ਇੰਡੀਆ 'ਚ ਤਾਂ ਪੀਣ ਵਾਲਾ ਜੰਗਾਰਟਮੈਂਟ ਅਲੱਗ ਹੁੰਦਾ, ਦਾਰੂ ਵਾਲਾ, ਐਲਕੋਹਲ ਵਾਲਾ ਅਤੇ ਕੌਫੀ ਵਾਲੇ ਕੈਫੇ ਅਲੱਗ ਹੁੰਦੇ ਨੇ, ਪਰ ਉਰੇ ਕੰਮ ਮਿਕਸ ਹੈ। ਪਿੱਛੇ ਬੱਦਲ ਵਾਈ ਕਿੰਨੀ ਘੈਂਟ ਹੈ, ਅਤੇ ਬਿਲਡਿੰਗਾਂ ਰਾਤ ਨੂੰ ਹੋਰ ਵੀ ਸੋਹਣੀਆਂ ਲੱਗਦੀਆਂ ਨੇ ਜਦੋਂ ਲਾਈਟਿੰਗ ਹੁੰਦੀ ਆ। ਆਹ ਫੇਮਸ ਬਈ ਸੋਵੀਅਤ ਸਿੰਗਰ ਹੈ ਤਤਵੇ, ਮਤਲਬ ਮੁਸਲਿਮ ਸੀ ਇਹ, ਅਤੇ ਗਾਣੇ ਵੀ ਸੁਣ ਸਕਦੇ ਉਰੇ। ਆਹ ਮੈਨੂੰ ਸਨੀਜਨਾ ਨੇ ਦੱਸਿਆ, ਮੇ ਬੀ ਇਲੈਕਟ੍ਰਿਸਿਟੀ ਗੌਨ। ਗਾਣੇ ਚੱਲ ਰਹੇ ਆ ਵੀ ਦੇਖੋ, ਤਾਂ ਸਾਹਮਣੇ ਵੀ ਡੈਨਿਸ ਮੌਲ। ਤਾਂ ਉਰੇ 2 ਮੌਲ ਨੇ ਬਾਕੂ 'ਚ, ਇੱਕ ਗੈਂਜੀ ਹੈ ਅਤੇ ਇਹ ਸਮੁੰਦਰ ਦੇ ਜਮ੍ਹਾਂ ਕੰਢੇ 'ਤੇ ਬਣਿਆ ਹੈ। ਤਾਂ ਬਹੁਤ ਸੋਹਣਾ ਹੈ, ਇਹਦੀ ਜਿਹੜਾ ਹੀ ਅਕਿਰਤੀ ਹੈ ਫੁੱਲ ਵਾਂਗੂ ਹੈ। ਦੇਖੋ ਕੱਲ੍ਹ ਵੀ ਮੈਂ ਇਹਦੇ ਅੰਦਰ ਗਿਆ ਸੀ। ਤਾਂ ਉਰੇ ਛੋਟਾ ਜਿਹਾ ਕੌਫੀ ਦਾ ਬੂਥ ਲੱਗਿਆ ਵੀ, ਤਾਂ ਉਰੇ ਕੌਫੀ 150-200 ਦੀ ਹੈ, ਤਾਂ ਠੀਕ ਹੈ ਯਾਰ ਐਜ਼ ਕੰਪੇਅਰ ਟੂ ਰਸ਼ੀਆ। ਇਹ ਸਾਰਾ ਕਾਰਪੇਟ ਮਿਊਜ਼ੀਅਮ ਹੈ, ਬਹੁਤ ਵੱਡਾ ਹੈ, ਲੰਬਾ ਜਿਹਾ। ਇਹਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਕਾਰਪੇਟ ਦੇਖਣ ਨੂੰ ਮਿਲਣਗੇ। ਇਹਦੀ ਟਿਕਟ ਹੈ 10 ਮਾਨਾ ਅਤੇ 500 ਰੁਪਈਆ। ਤਾਂ ਮੈਨੂੰ ਸਨੇਜਨਾ ਨੇ ਦਿਖਾਈ ਸੀ, ਇਹ ਗਈ ਸੀ ਕੱਲ੍ਹ ਵੀ ਇਹ ਕਾਰਪੇਟ ਮਿਊਜ਼ੀਅਮ 'ਚ। ਸਕਰੋਲ ਤਾਂ ਇਹ ਵੀ ਅਨਾਰਾਂ ਦਾ ਬੂਟਾ ਦੇਖੋ ਰੇ, ਕਿੰਨੇ ਜ਼ਿਆਦਾ ਲੱਗੇ ਪਏ ਨੇ। ਤਾਂ ਸਨੀਜਨਾਂ ਨੂੰ ਬਹੁਤ ਪਸੰਦ ਨੇ ਅਨਾਰ, ਕਿਉਂਕਿ ਰਸ਼ੀਆ 'ਚ ਹੁੰਦੇ ਨਹੀਂ ਅਨਾਰ, ਬਰਫ਼ ਬਹੁਤ ਹੈ। ਅਤੇ ਜਿਹੜਾ ਇਹ ਬੂਟਾ ਬਹੁਤ ਜ਼ਿਆਦਾ ਪੁਰਾਣਾ ਹੈ। ਉਰੇ ਦੇਖੋ ਸਾਰੇ ਅਨਾਰ ਟੁੱਟ ਕੇ ਡਿੱਗੇ ਪਏ ਆ। ਬਾਕੀ ਬਹੁਤ ਸੋਹਣਾ ਯਾਰ, ਬਟ ਆਹ ਦੇਖੋ ਬਈ, ਇਹ 'ਤੇ ਵੀ ਇਹਨਾਂ ਨੇ ਜੋ ਪੇਂਟ ਕੀਤਾ ਹੋਇਆ, ਇਹ ਵੀ ਕਾਰਪੇਟ ਵਾਂਗੂ ਹੀ ਪੂਰੇ ਨਮੂਨੇ ਬਣਾਏ ਹੋਏ ਨੇ, ਬਹੁਤ ਸੋਹਣਾ ਹੈ ਯਾਰ। ਸਨੀਜਨਾ ਨੇ ਪੂਰਾ ਡੰਗਾਈ 'ਚ ਘੁੰਮਿਆ ਹੈ ਇਹ ਸ਼ਹਿਰ। ਕੈਮਰੇ ਬਹੁਤ ਜ਼ਿਆਦਾ ਲੱਗੇ ਆ ਉਰੇ ਥਾਂ ਥਾਂ ਦੇਖੋ, ਸਕਿਉਰਿਟੀ ਵਾਲੇ, ਮਾਇਆਮੀ ਮੈਟਰੋ ਸਟੇਸ਼ਨਾਂ 'ਚ। ਉਰੇ ਮੋਸਟਲੀ ਲੋਕ ਚਿੱਟੇ, ਕਾਲੇ ਅਤੇ ਗ੍ਰੇ ਕੱਪੜੇ ਪਾ ਕੇ ਰੱਖਦੇ ਆ। ਤਾਂ ਉਰੇ ਕੁੜੀਆਂ ਨੂੰ ਕਾਫੀ ਆਜ਼ਾਦੀ ਹੈ, ਫੀਮੇਲ ਬਾਉਂਡੇਸ਼ਨ ਨਹੀਂ ਹੈਗੀ ਇਹ ਦੇਸ਼ 'ਚ, ਕਿਉਂਕਿ ਇਸਲਾਮਿਕ ਮੁਲਕਾਂ 'ਚ ਔਰਤਾਂ ਨੂੰ ਘੱਟ ਹੀ ਆਜ਼ਾਦੀ ਮਿਲਦੀ ਹੈ। ਮੌਲ ਦੇ ਬਾਹਰ ਵੀ ਕਾਫੀ ਭੀੜ ਹੁੰਦੀ ਹੈ, ਅਤੇ ਸੈਟਰਡੇ ਸੰਡੇ ਦਾ ਹੋਰ ਵੀ ਭੀੜ ਹੋਣੀ ਸੁਭਾਵਿਕ ਹੈ। ਸਾਹਮਣੇ ਕੋਕ ਸਟੂਡੀਓ ਦਾ ਲੋਗੋ ਜਿਹਾ ਬਣਾਇਆ ਇਹਨਾਂ ਨੇ, ਲਾਲ ਲਾਲ ਜਿਹਾ।
ਤੇ ਉੱਪਰ ਛੋਟੇ ਛੋਟੇ ਪਹਾੜ ਦੇ ਉੱਪਰ ਬਿਲਡਿੰਗਾਂ ਬਣੀ ਹੋਈਆਂ ਨੇ। ਦੇਖੋ ਵੀ ਬਾਕੂ ਸ਼ਹਿਰ ਦਾ ਨਜ਼ਾਰਾ ਬਹੁਤ ਸੋਹਣਾ ਹੈ, ਪਿਆਰਾ। ਵਾਹ ਵਾਹ, ਮੌਲ 'ਚ ਵੀ ਘੁੰਮਣ ਵਾਲਾ ਸਿਸਟਮ ਲੱਗਿਆ ਹੈ। ਦੇਖੋ ਮੌਲ ਦਾ ਫਸਟ ਇੰਪ੍ਰੈਸ਼ਨ, ਆਹ ਉੱਪਰੋਂ ਘੁੰਮ ਘੁੰਮ ਕੇ ਆਉਂਦੇ ਆ ਲੋਕ। ਆਹ ਮੋਸਟਲੀ ਯਾਰ ਵਾਟਰ ਪਾਰਕਾਂ 'ਚ ਹੁੰਦਾ, ਪਰ ਇਹਨਾਂ ਨੇ ਮੌਲ 'ਚ ਵੀ ਲਾ ਰਹੇ। ਮੌਲ ਦੇ ਥਰਡ ਫਲੋਰ 'ਤੇ ਆ ਗਏ, ਕੱਲ੍ਹ ਨਹੀਂ ਆਏ ਸੀ ਤਾਂ ਸਨੀਜ ਨਾਲ ਲੈ ਕੇ ਆਈਏ, ਮੈਨੂੰ ਸਾਨੂੰ ਪਤਾ ਨਹੀਂ ਸੀ ਐਕਚੁਅਲੀ। ਇੱਥੋਂ ਵਿਊ ਦੇਖੀਓ, ਦੇਖੋ ਇਹ ਸਾਰਾ ਬਾਕੂ ਸ਼ਹਿਰ ਹੈ, ਉੱਧਰ ਵੀ ਬਈ ਬਿਲਡਿੰਗਾਂ ਨੇ ਕਾਫੀ, ਤਾਂ ਬਹੁਤ ਸੋਹਣਾ ਵਿਊ ਹੈ। ਤਾਂ ਬੱਦਲਵਾਈ ਕਰਕੇ ਆ ਥੋੜੀਆਂ ਛੱਲਾਂ ਜੀਆਂ ਹੋ ਰਹੀਆਂ ਨੇ ਸਮੁੰਦਰ ਦੀਆਂ। ਆਹ ਕੱਲ੍ਹ ਦੀਆਂ ਫੋਟੋਆਂ ਖਿੱਚੀ ਹੋਈਆਂ ਨੇ ਵੀ ਸਨੀਜਨਾ ਨੇ, ਕਿੰਨੀਆਂ ਸੋਹਣੀਆਂ ਨੇ ਦੇਖੋ। ਅੱਜ ਦੇਖੋ ਫਰਕ, ਯੈਸਟਰਡੇ ਸੋ ਬਿਊਟੀਫੁਲ। ਇਹ ਸਾਰਾ ਕੈਫੇਟੇਰੀ ਹੈ ਅਤੇ ਉਰੇ ਬਹਿ ਕੇ ਖਾ ਪੀ ਸਕਦੇ ਹੋ। ਆ ਗਿਆ ਵੀ ਬਰਾਬੋ ਮੌਲ 'ਚ, ਇਹਦੀ ਦੂਜੀ ਐਂਟਰੈਂਸ। ਤਰਬੂਜ ਫੁੱਟਾਂ ਫਾਟਾਂ ਕਾਫੀ ਸਸਤੀਆਂ ਨੇ, ਮਤਲਬ 20-30 ਰੁਪਏ ਆਉਂਦੀ ਹੈ ਕਿਲੋ। ਅੰਗੂਰ ਵੀ ਕਾਫੀ ਸਸਤੇ ਨੇ ਉਰੇ ਸਾਰੇ ਭਾਂਤ ਦੇ, 50-60 ਰੁਪਏ ਕਿਲੋ ਹੀ ਨੇ ਸਾਰੇ। ਸਟੋਰ ਕਾਫੀ ਵੱਡਾ, ਟੋਫੀਆਂ ਟੂਫੀਆਂ ਕਾਫੀ ਨੇ, ਉਰੇ ਸਮਾਨ ਸਾਨੂੰ ਸਹੀ ਮਿਲੂਗਾ ਬਈ ਸਹੀ ਰੇਟ 'ਤੇ। ਆਹ ਪਤਾ ਨਹੀਂ ਕੀ ਖਰੀਦੀ ਜਾ ਰਹੀ ਹੈ, ਚੋਕਲੇਟ ਖਰੀਦੀ ਮੈਂ ਵੀ। ਹਾਂ ਯੂ ਹੈਵ ਬੀਨ ਇਨ ਚਾਈਨਾ? ਆਈ ਵਾਸ ਲਿਵਿੰਗ ਇਨ ਚਾਈਨਾ। ਹਾਊ ਟਾਈਮ? ਹਾਫ ਇਅਰ ਇਨ ਬੀ ਸਿਟੀ ਸ਼ੰਘਾਈ। ਵੈਰੀ ਹਾਈ। ਹਾਂ ਵੈਰੀ ਹਾਈ, ਯੂ ਡੋਨਟ ਨੋ, ਇਟਸ ਔਨ ਦ ਸਾਊਥ। ਹਾਂ ਇਟਸ ਔਨ ਫਰੰਟ ਆਫ ਸਾਊਥ ਕੋਰੀਆ। ਹਾਂ ਓਕੇ, ਆਈ ਐਮ ਲਿਸਨਿੰਗ ਫਸਟ ਟਾਈਮ। ਯੈਸ ਆਈ ਵਾਸ ਆਈ ਜਸਟ ਨੋ ਅਬਾਊਟ ਵੁਹਾਨ, ਬੀਜ਼ਿੰਗ, ਸ਼ੰਘਾਈ। ਗਾਂਜੂ ਗਾਂਜੂ ਗਾਂਜੂ, ਹਾਂ ਦੈਟ ਇਜ਼ ਫੇਮ ਫੋਰ ਇਲੈਕਟ੍ਰੋਨਿਕ। ਇੱਥੇ ਤੁਹਾਨੂੰ ਕਬਾਬ ਵੀ ਮਿਲ ਜੂਗਾ ਖਾਣ ਨੂੰ, ਪਰ ਮਹਿੰਗਾ ਵੀ, 4 ਮਰਨੇ ਦਾ ਹੈ। ਦੇਖੋ ਬਾਕੂ ਦਾ ਨਜ਼ਾਰਾ ਬਈ, ਤਾਂ ਕਿੰਨਾ ਘੈਂਟ ਲੱਗ ਰਿਹਾ ਲਾਈਟਾਂ ਦੀ ਰਿਫਲੈਕਸ਼ਨ ਨਾਲ। ਉਹਨੇ ਵੀ ਸਾਹਮਣੇ ਫਲੇਮਿੰਗ ਟਾਵਰ, ਉਹਨਾਂ ਦੇ ਵਿੱਚ ਕਾਰਪੋਰੇਟ ਆਫਿਸ ਨੇ, ਹੋਟਲ ਨੇ, ਅਤੇ ਇਹ ਪੂਰੀ ਕਮਰਸ਼ੀਅਲ ਬਿਲਡਿੰਗ ਹੈ। ਦੇਖੋ ਕਿੰਨੀਆਂ ਸੋਹਣੀਆਂ ਬਿਲਡਿੰਗਾਂ ਨੇ ਪੂਰੀਆਂ, ਅੱਗੇ ਆਰਕੀਟੈਕਚਰ ਹੈ, ਲਾਈਟਿੰਗ ਹੋ ਰਹੀ ਹੈ, ਤਾਂ ਇਹਨਾਂ ਕਰਕੇ ਵੀ ਬਾਕੂ ਮਸ਼ਹੂਰ ਹੈ। ਬਾਕੂ 'ਚ ਸਭ ਤੋਂ ਜ਼ਿਆਦਾ ਮਸ਼ਹੂਰ ਨੇ ਜੋ LED ਲਾਈਟਿੰਗ, ਐਂ ਲੱਗ ਰਿਹਾ ਜਿਵੇਂ ਉਹਨਾਂ 'ਚੋਂ ਅੱਗ ਨਿਕਲ ਰਹੀ ਹੈ, ਤਾਂ ਹੀ ਕਰਕੇ ਇਹਨਾਂ ਦਾ ਨਾਮ ਫਲੇਮ ਟਾਵਰ ਹੈ, ਜਿਵੇਂ ਅੱਗ ਮੱਚਦੀ ਹੁੰਦੀ ਹੈ। ਆਜ਼ਰਬਾਈਜ਼ਾਨ ਦਾ ਝੰਡਾ ਲਹਿਰਾ ਰਿਹਾ ਦੇਖੋ ਹੁਣ ਉਹਨਾਂ ਦੇ ਉੱਪਰ, ਤਾਂ ਇਹ ਛੋਟਾ ਜਿਹਾ ਫਾਊਂਟੇਨ ਹੈ ਅਤੇ ਇੱਥੋਂ ਪੂਰਾ ਘੈਂਟ ਵਿਊ ਆਉਂਦਾ ਹੈ ਸਾਰੇ ਦਾ। ਸਨੇਜਾਨਾ ਵੀ ਥੋੜ੍ਹਾ ਸੰਗਦੀ ਹੈ ਵੀਡੀਓ ਤੋਂ। ਇਹ ਅੰਡਰ ਪਾਸ ਹੈ ਵੀ, ਤਾਂ ਬਹੁਤ ਸੋਹਣਾ ਇਹ ਵੀ ਦੇਖੋ, ਇਹਦਾ ਵੀ ਆ ਲੱਗਿਆ ਪੂਰਾ ਝੂਮਰ ਜਿਹਾ, ਅਤੇ ਇਹਦੇ ਵਿੱਚੋਂ ਵੀ ਫੋਟੋ ਘੈਂਟ ਆਊਗੀ ਜੇ ਖਿੱਚੇ ਬੰਦਾ। ਬਾਕੂ 'ਚ ਵੀ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ, ਔਰ ਟ੍ਰੈਫਿਕ ਵਾਲੀ ਪ੍ਰੋਬਲਮ ਹੈ, ਸੜਕਾਂ ਬਹੁਤ ਜ਼ਿਆਦਾ ਚੌੜੀਆਂ ਨੇ, ਅਤੇ ਇਹਦੀ ਪਾਪੂਲੇਸ਼ਨ 2 ਮਿਲੀਅਨ ਹੈ। ਔਰਤਾਂ ਨੂੰ ਉਰੇ ਕਾਫੀ ਆਜ਼ਾਦੀ ਹੈ ਵੀ, ਦੇਖ ਲਓ ਸਾਹਮਣੇ ਜੋੜਾ ਹੱਥਾਂ 'ਚ ਹੱਥ ਫੜ ਕੇ ਘੁੰਮ ਰਿਹਾ, ਨਹੀਂ ਮੁਸਲਿਮ ਕੰਟਰੀਆਂ 'ਚ ਇਹ ਸਭ ਨਹੀਂ ਹੁੰਦਾ, ਜਿਵੇਂ ਸਾਊਦੀ ਅਰੇਬੀਆ ਜਾਂ ਜੇ ਦੁਬਈ ਗਏ ਤੁਸੀਂ ਉੱਥੇ ਦੇਖਿਓ, ਜਿਹੜੇ ਅਰਬੀ ਨੇ ਹਨਾ, ਅਰਬੀ ਔਰਤਾਂ ਨੇ, ਉਹ ਹਮੇਸ਼ਾ ਬੁਰਕੇ ਪਾ ਕੇ ਘੁੰਮਦੀਆਂ ਨੇ। ਈਵਨ ਮੈਟਰੋ 'ਚ ਵੀ ਮੈਂ ਦੇਖਿਆ ਸੀ ਜਿਹੜੀ TT ਸੀ ਉਹਦੇ ਵੀ ਬੁਰਕਾ ਪਾਇਆ ਸੀ ਬਈ। ਤਾਂ ਜਿੱਥੇ ਜਿੱਥੇ ਰਸ਼ੀਆ ਨੇ ਰਾਜ ਕੀਤਾ ਆਪਣਾ ਪ੍ਰਭਾਵ, ਪੂਰੀ ਡੰਗਾਈ 'ਚ ਹੀ ਛੱਡਿਆ। ਤਾਂ ਵੀ ਅਨੇਜਾਨਾ ਦੀ ਬੱਸ ਹੈ, ਏਅਰਪੋਰਟ ਜਾ ਰਹੀ ਹੈ ਵਾਪਸ ਰਸ਼ੀਆ ਨੂੰ, ਸੋ ਕੈਂਸਲ ਯੂਅਰ ਫਲਾਈਟ, ਲੈਟਸ ਗੋ ਟੂ ਇੰਡੀਆ ਵਿਦ ਮੀ। ਇਹ ਭਾਈ ਸਾਹਿਬ ਮੇਰੇ ਯਾਰ ਆਪਾਂ ਨੂੰ ਬਾਕੂ ਤੋਂ ਕਹਾਂ ਸੇ ਆ ਹਰਿਆਣੇ ਸੇ? ਹਾਂ ਹਰਿਆਣੇ ਤੇ, ਸੋਨੀਪਤ ਸੇ। ਸੋਨੀਪਤ ਸੇ, ਓਕੇ। ਆਪ ਦਿੱਲੀ ਸੇ? ਦਿੱਲੀ ਸੇ ਆਗੇ ਜਾ ਰਹੇ ਹੋ?
जब घूमने आए हो यूक्रेन में पढ़ते हैं हम हां एमबीबीएस करते हो कौन सी सिटी में लविव मैं घूमा यार हां देखी थी तो आप आपने मालदोवा जा रहे हो फिर आप मैंने भी जाना था यार यूक्रेन यहां पे हम वैसी नहीं ना तो बड़ा प्रॉब्लम है मेरे हॉस्टल में भी है एक बहुत सोहना शहर है भी ये सारी गली ये सोहनी है ਸਾਰੀਆਂ ਬਿਲਡਿੰਗਾਂ ਹੈ ਨਾ ਇੱਥੋਂ ਦੀਆਂ ਕੁੜੀਆਂ ਦੀ ਹਾਈਟ ਬਹੁਤ ਜ਼ਿਆਦਾ ਵੀ ਰਸ਼ੀਅਨ ਦੇ ਬਰਾਬਰ ਹੀ ਹੈ ਦੇਖੋ ਸਾਰੀਆਂ ਦੇ ਚਿੱਟੇ ਕੱਪੜੇ ਪਾਏ ਹੁੰਦੇ ਹੈ ਨਾ ਜਿਵੇਂ ਅਫਗਾਨਿਸਤਾਨ ਵਿੱਚ ਔਰਤਾਂ ਨੂੰ ਕੱਪੜੇ ਨਹੀਂ ਪਾਉਣ ਦਿੰਦੇ ਇਹ ਨਹੀਂ ਕਰਨਾ ਫੈਸ਼ਨ ਨਹੀਂ ਕਰਨ ਦਿੰਦੇ ਤਾਂ ਉਹ ਸਭ ਚੀਜ਼ਾਂ ਹੈ ਨਹੀਂ ਉਰੇ ਆਹ ਪੁੱਛ ਰਹੀ ਵੀ ਤੁਹਾਡੀ ਲੱਸੀ ਹੁੰਦੀ ਹੈ ਇਹ ਆਇਰਨ ਕਹਿੰਦੇ ਆ ਲੱਸੀ ਵਰਗੀ ਹੁੰਦੀ ਹੈ ਮੈਨੂੰ ਤਾਂ ਲੱਸੀ ਲੱਗਦੀ ਹੈ ਮੈਂ ਸਾਡੇ ਤਾਂ ਘਰੇ ਬਣਾਉਂਦੇ ਆ ਦੁੱਧ ਤੋਂ ਚੱਕ ਲਈ ਵੀ ਆਇਰਨ ਸਨਫਲਾਵਰ ਸੀਡ ਦੀਆਂ ਵੀ ਉਰੇ ਕਾਫੀ ਵਰਾਇਟੀਜ਼ ਨੇ ਦੇਖੋ ਅਲੱਗ ਅਲੱਗ ਤਰ੍ਹਾਂ ਦੇ ਇੰਨੀਆਂ ਨਹੀਂ ਮੈਂ ਦੇਖੀਆਂ ਮੈਂ ਸਿਰਫ ਇੱਕ ਹੀ ਖਾਈ ਸੀ ਦੇਖੋ ਆਹ ਅਲੱਗ ਆ ਉਹ ਅਲੱਗ ਅਲੱਗ ਪੈਵਲ ਪੈਵਲ ਸੇਮ ਸੀ ਨਾ ਰਸ਼ੀਆ ਬਈ ਕੇਲਾ ਆ ਗਈ ਆਪਣੀ ਜਿਹੜੀ ਕਿਰਗਿਸਤਾਨ 'ਚ ਮਿਲੀ ਸੀ ਇਹ ਹੈ ਵੀ ਤੁਰਕਮੇਨਿਸਤਾਨ ਦੀ ਕਰੰਸੀ ਆਹ ਮੋਹਤਰਮਾ ਨੇ ਦਈ ਹੈ ਬਈ ਵੈਸੇ ਤਾਂ ਮੈਨੂੰ ਸਜ਼ਾ ਇਹਨਾਂ ਨੇ ਦਿੱਤੀ ਅਤੇ ਸਾਜੀ ਇਹਨਾਂ ਨੂੰ ਇਹਨੇ ਦਿੱਤੀ ਸੀ ਜਿਹੜੀ ਨਾਲ ਮੋਹਤਰਮਾ ਤਾਂ ਦੇਖੋ ਕਨੇਡਾ ਵਾਲਾ ਕੱਪ ਲਿਆ ਵੀ ਜਿਹੜਾ ਆਪਾਂ ਨੂੰ ਉਸ 'ਚ ਮਿਲਿਆ ਸੀ ਹੋਸਟਲ 'ਚ ਕੇਲਾ ਉਹਰੀ ਨਾਲ ਇਹਦਾ ਬੰਦਾ ਹੈ ਅਤੇ 10 ਸਾਲਾਂ ਤੋਂ ਇਕੱਠੀ ਰਹਿ ਰਿਹਾ ਵੀ ਇਹਨਾਂ ਨੇ ਹਾਲੇ ਤੱਕ ਵਿਆਹ ਨਹੀਂ ਕਰਾਇਆ ਦੇਖੋ ਸੁਜਾਨਾ ਚੱਲੀ ਗਈ ਵੀ ਏਅਰਪੋਰਟ ਨੂੰ ਤਾਂ ਮੈਂ ਹੁਣ ਘੁੰਮ ਰਿਹਾ ਇਕੱਲਾ ਤਾਂ ਇੱਕ ਦੋ ਸਪੋਟ ਨੇ ਉੱਧਰ ਜਾ ਰਿਹਾ ਬਾਕੀ ਅਜ਼ਰਬਾਈਜਾਨ 'ਚ ਜਿਹੜੀ ਮੋਸਟ ਪਾਪੂਲੇਸ਼ਨ ਹੈ ਉਹ ਵੀ ਜਵਾਨ ਹੈ ਜਿਹੜੀ ਉਮਰ ਹੈ ਇਹਨਾਂ ਦੀ 32-33 ਸਾਲ ਦੇ ਨੌਜਵਾਨ ਨੇ ਜ਼ਿਆਦਾਤਰ ਉਰੇ ਜਿਹੜੇ ਮੁੰਡੇ ਮਾਂਡੇ ਦੇਖਣ ਨੂੰ ਮਿਲਦੇ ਆ ਅਤੇ ਕੁੜੀਆਂ ਦੀ ਆਬਾਦੀ ਉਰੇ ਜ਼ਿਆਦਾ ਐਜ਼ ਕੰਪੇਅਰ ਟੂ ਮੁੰਡੇ ਮੁੰਡੇ ਘੱਟ ਨੇ ਰਸ਼ੀਆ ਵਾਲਾ ਹਿਸਾਬ ਕਿਤਾਬ ਹੈ ਸਾਰੀ ਗਲੀ 'ਚ ਵੀ ਕੈਮਰੇ ਲੱਗੇ ਹੋਏ ਆ ਦੇਖੋ ਰਿਪੇਅਰ ਹੋ ਰਹੀ ਹੈ ਕੈਮਰੇ ਦੀ ਖਰਾਬ ਹੋ ਗਿਆ ਹੋਣਾ ਕਿਹੜੇ ਹਿਸਾਬ ਨਾਲ ਇਹਨਾਂ ਨੇ ਗਲੀ ਨੂੰ ਬੰਦ ਕੀਤਾ ਘੇਰਾ ਬਣਾ ਕੇ ਮੇਰੇ ਹੋਸਟਲ 'ਚ ਇੱਕ ਹੋਰ ਕੁੜੀ ਆਈ ਹੈ ਸਪੇਨ ਤੋਂ ਹੈ ਉਹ ਵੀ ਆਪਣੀ ਦੋਸਤ ਬਣ ਗਈ ਕੱਲ੍ਹ ਨੂੰ ਆਪਾਂ ਉਹਦੇ ਨਾਲ ਘੁੰਮਣ ਜਾਵਾਂਗੇ ਉਰੇ ਵੀ ਸਿਗਰਟਾਂ ਪੀਣੀਆਂ ਬਹੁਤ ਕਾਮਨ ਨੇ ਤਾਂ ਸਿਗਰਟਾਂ ਦੀ ਦੁਕਾਨ ਤੁਹਾਨੂੰ ਵੇਪਾਂ ਦੀ ਹੈ ਨਾ ਥੋੜ੍ਹੀ ਥੋੜ੍ਹੀ ਡਿਸਟੈਂਸ 'ਤੇ ਮਿਲ ਜੂਗੀ ਅੱਗ ਵਾਂਗੂ ਗਡੀਰੇ ਭਜਾ ਕੇ ਲੈ ਕੇ ਜਾਂਦੇ ਬਈ ਇਹ ਹਟਦੇ ਹੀ ਨਹੀਂ ਪੱਟੂ ਲਓ ਮੁੜਦਾ 11:30 ਵੱਜ ਗਏ ਵੀ ਰਾਤ ਦੇ ਹੁਣ ਤੁਹਾਨੂੰ ਰਾਤ ਨੂੰ ਦਿਖਾਵਾਂਗੇ ਬਾਕੂ ਸਿਟੀ ਜਗਦੀ ਸਾਹਮਣੇ ਟਾਵਰ ਦੇਖੋ ਉਹਨਾਂ ਦੇ ਲਾਈਟਾਂ ਨਹੀਂ ਲੱਗ ਰਹੀਆਂ ਯਾਰ ਪਤਾ ਨਹੀਂ ਕੀ ਚੱਕਰ ਹੈ ਇੱਥੋਂ ਦੇਖੋ ਵੀ ਫਲੇਮਿੰਗ ਟਾਵਰ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਹੈ ਵਾਓ ਉੱਧਰ ਵੀ ਸਾਰੇ ਬਾਕੂ ਦਾ ਵਿਊ ਹੈ ਉੱਧਰੋਂ ਹੀ ਡੈਨਿਸ ਮੋਲ ਆ ਗਿਆ ਹੁਣ ਮੈਂ ਦੂਜੀ ਸਾਈਡ ਜਾ ਰਿਹਾ ਉੱਥੋਂ ਹੋਰ ਵੀ ਜ਼ਿਆਦਾ ਘੈਂਟ ਵਿਊ ਆਉਂਦਾ ਅਤੇ ਸਵਾਦ ਆ ਰਿਹਾ ਯਾਰ ਬਾਕੂ ਜ਼ਰੂਰ ਘੁੰਮਣ ਆਈ ਇੱਥੋਂ ਦੇ ਲੋਕ ਟੂਰਿਸਟ ਫਰੈਂਡਲੀ ਨੇ ਤਾਂ ਸਕੈਮਰ ਤਾਂ ਸਾਰੇ ਪਾਸੇ ਹੀ ਹੁੰਦੇ ਆ ਉਹ ਤਾਂ ਆਪਾਂ ਨੂੰ ਥੋੜ੍ਹਾ ਪ੍ਰਿਪੇਅਰ ਹੋ ਕੇ ਆਉਣਾ ਪੈਂਦਾ ਉੱਦਾਂ ਬਹੁਤ ਨਾਈਸ ਨੇ ਲੋਕ ਟਾਵਰ ਜਾ ਇਹਦੇ ਉੱਪਰ ਟਾਈਮ ਡੇਟ ਸਾਰਾ ਕੁਝ ਚੱਲਦਾ ਦੇਖੋ ਚੱਲ ਰਿਹਾ ਲਾਈਟ ਜੀ ਲੱਗ ਰਹੀ ਹੈ ਕਰ ਲਓ ਵੀ ਦਰਸ਼ਨ ਬਾਕੂ ਸ਼ਹਿਰ ਦੇ ਵਾਹ ਯਾਰ ਬਾਹਲਾ ਖੂਬਸੂਰਤ ਲੱਗ ਰਿਹਾ ਇੱਥੋਂ ਆਹ ਸਾਹਮਣੇ ਗੋਲ ਜੀ ਬਿਲਡਿੰਗ ਹੈ ਵੀ 0 ਜੇ ਵਾਲੀ ਮੈਂ ਇੱਧਰਲੀ ਸਾਈਡ ਤੋਂ ਆਇਆ ਤੁਰ ਕੇ 500 ਮੀਟਰ ਬਣਾਇਆ ਸਮੁੰਦਰ ਦੇ ਵਿਚਾਲੇ ਆਉਣ ਵਾਸਤੇ ਆਹ ਟਾਵਰ ਜਿਹਦੇ 'ਚ ਬਿਲਕੁਲ ਸਾਹਮਣੇ ਆਹ ਮੋਲ ਵਾਲੇ ਪਾਸੇ ਦਾ ਵਿਊ ਹੈ ਬਈ ਸਾਹਮਣੇ ਫਲੇਮਿੰਗ ਟਾਵਰ ਦੇਖ ਲਓ ਬਈ ਕਿਉਂ ਮੱਚ ਰਹੀ ਅੱਗ ਵਾਓ ਇੱਥੇ ਜ਼ਰੂਰ ਆਈ ਯਾਰ ਵਿਊ ਦੇਖਣ ਆਹ ਗਡੀਰੇ ਜੇ ਬਹੁਤ ਤੇਜ਼ ਹੈ ਬਈ ਮੁੜਦੇ ਆ ਦੇਖੋ ਚੱਲਦੇ ਆ ਗਾਣੇ ਇਹਨਾਂ ਦਾ ਪੁਰਾਣਾ ਪਾਰਲੀਮੈਂਟ ਹਾਊਸ ਹੈ ਬਈ ਅਤੇ ਉੱਧਰ ਵੀ ਦੇਖੋ ਉਹ ਵੀ ਕਿੰਨੀ ਪਿਆਰੀ ਬਿਲਡਿੰਗ ਹੈ ਰਾਤ ਨੂੰ ਪਾਰਕਾਂ 'ਚ ਫੁਹਾਰੇ ਛੱਡ ਦਿੰਦੇ ਆ ਬਈ ਰਾਤ ਦੇ 12 ਵੱਜ ਗਏ ਹਜੇ ਵੀ ਇਹ ਸ਼ਹਿਰ ਜਾਗਦਾ ਹੀ ਹੈ ਜਵਾਨ ਹੀ ਹੈ ਟ੍ਰੈਫਿਕ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੈ ਸ਼ਹਿਰ 'ਚ
ਤਾਂ ਮੈਂ ਜਾ ਰਿਹਾ ਸੀ ਯਾਰ, ਇਹ ਭਾਈ ਸਾਹਿਬ ਮਿਲ ਗਿਆ ਆਪਾਂ ਨੂੰ ਬੰਗਲਾਦੇਸ਼। ਹੈਲੋ, ਕਿਆ ਨਾਮ ਹੈ ਆਪਕਾ? ਮੁਹੰਮਦ ਰਾਸਰ, ਬੰਗਲਾਦੇਸ਼ ਜਾ ਕਾ। ਆਪ ਮੁਹੰਮਦ ਰਿਆ? ਮੁਹੰਮਦ ਰਿਆ। ਤੋ ਆਪ ਦੁਬਈ ਮੇ ਕਾਮ ਕਰਤੇ ਹੋ? ਹਮ ਦੁਬਈ ਮੇ ਹੈ, ਦੁਬਈ ਮੇ ਕਾਮ ਕਰਤੇ ਹੋ। ਕੈਂਟ ਹੈ ਕੱਪੜੇ ਅੱਛੇ ਬਣਤੇ ਹੈ ਢਾਕਾ ਮੇ। ਹਾਂ, ਟੈਕਸ ਸਟਾਈਲ ਸਾਰੀ ਸਾਰੀ ਆ ਬਈ ਨਾ ਯਾਰ, ਤੁਹਾਨੂੰ ਥੋੜਾ ਜਿਹਾ ਛਾਏ ਛੂਏ ਹੋ ਕੇ ਜ਼ਿੰਦਗੀ ਨਹੀਂ ਚੱਲਦੀ, ਥੋੜਾ ਬੋਲਡ ਹੋਣਾ ਪਊਗਾ। ਬੋਲਡ ਵਿਚਾਰਾਂ ਨੂੰ, ਬੋਲਡ ਸੱਭਿਆਚਾਰ ਨੂੰ ਬਹੁਤੇ ਲੋਕ ਲਾਈਕ ਨਹੀਂ ਕਰਦੇ। ਮੈਂ ਆ ਗਿਆ ਹੋਸਟਲ ਯਾਰ, ਹੁਣ ਕੱਲ੍ਹ ਮਿਲਦੇ ਆ, ਕੱਲ੍ਹ ਜਾਵਾਂਗੇ ਕਿਤੇ, ਰਾਤ ਦੇ ਬਚ ਗਏ ਡੇਢ।